ਚਿਕਨ ਅਸੀਂ ਟੱਕ ਲਗਾ ਲੈਣਾ ਅਤੇ ਆਉਂਦਾ ਕਿ ਇੱਕ ਮਸਾਲਾ ਵੀ ਜ਼ਰਾ ਵਿੱਚ ਭਰ ਜਾਂਦਾ ਅਤੇ ਤਾਂ ਕਿ ਅੱਛੇ ਵੀ ਜ਼ਰਾ ਫਰਾਈ ਹੋ ਜਾਂਦਾ ਅਤੇ ਜ਼ਿਆਦਾ ਵੱਡੇ ਪੀਸ ਨੂੰ ਅਸੀਂ ਠੀਕ ਠਾਕ ਲਗਾ ਦਾਂਗੇ ਤਾਂ ਕਿ ਮਸਾਲਾ ਅੰਦਰ ਚਿਕਨ ਰਚ ਜਾਏ ਉਹ ਜੀ ਟੱਕ ਲਗਾ ਦਿੱਤੇ ਨੇ ਅਸੀਂ ਉਹਨਾਂ ਦੇ ਵਿੱਚ ਸਭ ਤੋਂ ਪਹਿਲੇ ਅਸੀਂ 2 ਅਦਦ ਲੈਮਨ ਅਸੀਂ ਨਿਚੋੜ ਲਾਂਗੇ ਨਿੰਬੂ ਨਿਚੋੜ ਲਾਂਗੇ ਦੋ ਖਾਣੇ ਚਮਚ ਅਦਰਕ ਲਸਣ ਸੁੱਕਾ ਧਨੀਆ ਅਤੇ ਅਜਵਾਇਣ ਇਹਨੂੰ ਅਸੀਂ ਕੁੱਟ ਲਿੱਤਾ ਸੀ ਗ੍ਰੈਂਡ ਕਰ ਲਿੱਤਾ ਸੀ ਪਹਿਲੇ ਅੱਛੀ ਤਰ੍ਹਾਂ ਅਸੀਂ ਇਹਨੂੰ ਲਗਾ ਲੈਣਾ ਮਿਕਸ ਕਰ ਲੈਣਾ ਮਿਕਸ ਕਰ ਲਿੱਤਾ ਹੁਣ ਅਸੀਂ ਇਹਦੇ ਵਿੱਚ ਮਸਾਲਾ ਜ਼ਿਆਦਾ ਪਾਵਾਂਗੇ ਮਸਾਲਾ ਜ਼ਿਆਦਾ ਹੈਗੇ ਨੇ ਟਿੱਕਾ ਮਸਾਲਾ ਹੈਗਾ ਇੱਕ ਪੈਕਟ ਖਾਣੇ ਚਮਚ ਜਿਹੜਾ ਗਰਮ ਮਸਾਲਾ ਲਾਉਣ ਵੇਲੇ ਘਾਟ ਦੇ ਵਿੱਚ ਹੁੰਦਾ ਹੈ ਡੇਢ ਖਾਣੇ ਚਮਚ ਲਾਲ ਮਿਰਚ ਪਾਊਡਰ ਇੱਕ ਖਾਣੇ ਚਮਚ ਨਮਕ ਹੈਗਾ ਇੱਕ ਪਿਆਲੀ ਅਸੀਂ ਦਹੀਂ ਪਾ ਦਿਆਂਗੇ ਨੂੰ ਅਸੀਂ ਕਰਾਂਗੇ ਮਿਕਸ ਹਾਂਜੀ ਮਾਸ਼ਾਅੱਲਾ ਮਸਾਲਾ ਇਹਨੂੰ ਅਸੀਂ ਲਗਾ ਦਿੱਤਾ ਕਿ ਇਹਦੇ ਵਿੱਚ ਅਸੀਂ ਕਲਰ ਦੇਖ ਰਹੇ ਚੁਟਕੀ ਭਰ ਅਸੀਂ ਕਲਰ ਫੂਡ ਕਲਰ ਜਿਹੜਾ ਯੈਲੋ ਕਲਰ ਹੁੰਦਾ ਹੈ ਇੱਕ ਘੰਟਾ ਨੂੰ ਅਸੀਂ ਰੈਸਟ ਦੇ ਆ ਗਏ ਇੱਕ ਘੰਟੇ ਬਾਅਦ ਤੁਹਾਨੂੰ ਅਸੀਂ ਮਿਲਦੇ ਹਾਂ ਹਾਂਜੀ ਮਾਸ਼ਾਅੱਲਾ ਇੱਕ ਘੰਟਾ ਹੋ ਗਿਆ ਮਸਾਲਾ ਲੱਗੇ ਇਹਨੂੰ ਅਤੇ ਹੁਣ ਅਸੀਂ ਇਹਨੂੰ ਕਰਾਂਗੇ ਫਰਾਈ ਠੀਕ ਹੈ ਫਰਾਈ ਕਰਕੇ ਇਹਨੂੰ ਅਸੀਂ ਫਰੀਜ਼ਰ ਵਿੱਚ ਵੀ ਰੱਖ ਸਕਦੇ ਹਾਂ ਠੀਕ ਹੈ ਨਾ ਅਸੀਂ ਫਰਾਈ ਕਰਾਂਗੇ ਫਿਰ ਮੈਂ ਤੁਹਾਨੂੰ ਦੱਸਾਂਗਾ ਅਗਲਾ ਪ੍ਰੋਸੀਜਰ ਕੀ ਹੈ ਠੀਕ ਹੈ ਸਭ ਤੋਂ ਪਹਿਲੇ ਕਰਨੇ ਅਸੀਂ ਹੁਣ ਫਰਾਈ ਹਾਂਜੀ ਕੀ ਅਸੀਂ ਪਹਿਲਾਂ ਤੋਂ ਹੀ ਰੱਖ ਲਿੱਤਾ ਠੀਕ ਹੈ ਇਹਨੂੰ ਲਾਈਟ ਹਲਕੀ ਆਂਚ ਨੂੰ ਅਸੀਂ ਫਰਾਈ ਕਰਨਾ ਠੀਕ ਹੈ ਅਸੀਂ ਮਸਾਲਾ ਨੂੰ ਅਸੀਂ ਪਾਣੀ ਧੋਣ ਵਾਲੀ ਸਾਈਡ 'ਚ ਕਰਾਂ ਠੀਕ ਹੈ ਹਾਂਜੀ ਸਾਰਿਆਂ ਨੂੰ ਸਾਈਡ ਚੇਂਜ ਕਰ ਦਿੱਤੀ ਹੁਣ ਅਸੀਂ ਉਹਨੂੰ ਥੋੜ੍ਹਾ ਜਿਹਾ 5 ਮਿੰਟ ਅਸੀਂ ਇਹਨੂੰ ਅਸੀਂ ਅਤੇ ਢੱਕਣ ਢੱਕ ਦੇਵਾਂਗੇ ਤਾਂ ਕਿ ਹੀਟ ਨਾ ਥੋੜ੍ਹੀ ਹੋਰ ਨਰਮ ਹੋ ਜਾਏ ਚਿਕਨ ਠੀਕ ਹੈ ਨਾ ਇਹਨੂੰ ਅਸੀਂ ਕਮ ਅਜ਼ ਕਮ 80% ਅਸੀਂ ਇਹਨੂੰ ਫਰਾਈ ਕਰਨਾ ਠੀਕ ਹੈ 80% ਫਰਾਈ ਕਰਕੇ ਅਸੀਂ ਇਹਨੂੰ ਕੂਲ ਕਰਕੇ ਠੰਡਾ ਰੱਖ ਕੇ ਫਿਰ ਅਸੀਂ ਇਹਨੂੰ ਤਵੇ ਉੱਤੇ ਲੈ ਕੇ ਜਾਣਾ ਹਾਂਜੀ ਮਾਸ਼ਾਅੱਲਾ ਚਿਕਨ ਅਸੀਂ ਫਰਾਈ ਕਰ ਲਿੱਤਾ ਉਹ ਠੰਡਾ ਵੀ ਕਰ ਲਿੱਤਾ ਤਾਂ ਮਤਲਬ 1 ਘੰਟਾ ਹੋ ਗਿਆ ਤੁਸੀਂ ਦੇਖ ਸਕਦੇ ਹੋ ਫਰਾਈ ਕਰਕੇ ਫੁੱਲ ਠੰਡਾ ਹੋ ਗਿਆ ਠੀਕ ਹੈ 80% ਇਹਨੂੰ ਮੈਂ ਫਰਾਈ ਕੀਤਾ 80% ਠੀਕ ਹੈ ਨਾ ਨੋਰਮਲੀ ਥੋੜ੍ਹਾ ਘੀ ਪਾ ਲੈਣਾ ਠੀਕ ਹੈ ਅਤੇ ਜਿਹੜੇ ਅਸੀਂ ਪੀਸ ਤਿਆਰ ਕੀਤੇ ਹਨ
अदरक हरा धनिया हरी मिर्च एक लेमन जूस हाँ जी थोड़ी जी दही पा रहे हैं कम से कम अगर 507 पीस में तो 4 खाना है चम्मच असी दही पा रहे हैं ਅਨੀਅਨ ਦੀ 5 ਮਿੰਟ ਅਸੀਂ ਇਹਨਾਂ ਨੂੰ ਢੱਕ ਦੇਾਂਗੇ ਹਾਂਜੀ ਮਾਸ਼ਾਅੱਲਾ ਮਾਸ਼ਾਅੱਲਾ ਬਹੁਤ ਅੱਛੀ ਖੁਸ਼ਬੂ ਆ ਰਹੀ ਹੈ ਅਗਰ ਤੁਸੀਂ ਜ਼ਿਆਦਾ ਸਪਾਈਸੀ ਕਰਨਾ ਹੈ ਠੀਕ ਹੈ ਤੇ ਜਿਹੜਾ ਚਿਕਨ ਨਾਲ ਤੁਹਾਨੂੰ ਮਸਾਲਾ ਹੈ ਤੁਸੀਂ ਦਹੀਂ ਨਾਲ ਜ਼ਿਆਦਾ ਬਣਾ ਲੈਣਾ ਠੀਕ ਹੈ ਅਗਰ ਸਪਾਈਸੀ ਰੱਖਣਾ ਹੈ ਤੁਸੀਂ ਇਹ ਪਾ ਸਕਦੇ ਹੋ ਠੀਕ ਹੈ ਇਹ ਉਹ ਹੀ ਮਸਾਲਾ ਹੈ ਜਿਹੜਾ ਅਸੀਂ ਚਿਕਨ ਨੂੰ ਲਗਾਇਆ ਸੀ ਮਸਾਲਾ ਜੀ ਮਸਾਲਾ ਮਸਾਲਾ ਜੀ ਦੇਖ ਰਹੇ ਹੋ ਬਹੁਤ ਹੀ ਜ਼ਬਰਦਸਤ ਇਹਦੇ ਨਾਲ ਚਪਾਤੀ ਰੋਟੀ ਹੋਏ ਘਰ ਦੀਆਂ ਹਾਂ 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 ਕੀ ਬਾਤ ਹੈ ਮਸਾਲਾ ਬਹੁਤ ਹੀ ਜ਼ਬਰਦਸਤ ਅਤੇ ਚਿਕਨ ਤਿਆਰ ਹੋ ਗਿਆ ਫਰਾਈ ਚਿਕਨ ਤਵਾ ਮਸਾਲਾ ਲਓ ਜੀ ਫਰਾਈ ਤਵਾ ਚਿਕਨ ਮਸਾਲਾ ਤਿਆਰ ਹੋ ਗਿਆ ਹੁਣ ਅਸੀਂ ਇਹਨੂੰ ਪਾਵਾਂਗੇ ਬਿਸਮਿਲ੍ਲਾਹਿਰ ਉੱਪਰ ਅਸੀਂ ਗਾਰਲਿਕ ਅਦਰਕ ਪਾ ਦਿਆਂਗੇ ਪੁਦੀਨਾ ਹਰੀ ਮਿਰਚਾਂ ਤਾਂ ਅਸੀਂ ਉਹ ਇੱਕ ਨਿੰਬੂ ਅਸੀਂ ਚਲੋ ਇੱਕ ਨਿੰਬੂ ਅਸੀਂ ਇੱਥੇ ਰੱਖ ਦਿਆਂਗੇ ਅਗਰ ਨਿਚੋੜਨਾ ਆਇਆ ਤਾਂ ਨਿਚੋੜ ਲੈਣ ਠੀਕ ਹੈ ਉੱਪਰ ਕਾਲੀ ਮਿਰਚ ਦਾ ਥੋੜ੍ਹਾ ਛੱਟਾ ਮਾਸ਼ਾਅੱਲਾ ਜੀ ਮਾਸ਼ਾਅੱਲਾ ਫਰਾਈ ਚਿਕਨ ਤਵਾ ਮਸਾਲਾ ਤਿਆਰ ਹੋ ਗਿਆ ਬਹੁਤ ਹੀ ਜ਼ਬਰਦਸਤ ਹੈ ਬਹੁਤ ਹੀ ਜ਼ਾਇਕੇਦਾਰ ਅਤੇ ਖੁਸ਼ਬੂਦਾਰ ਹੈ ਤੁਸੀਂ ਘਰ ਜ਼ਰੂਰ ਟਰਾਈ ਕਰਨੇ ਨੇ ਠੀਕ ਹੈ ਬਹੁਤ ਹੀ ਆਸਾਨ ਰੈਸਪੀ ਹੈ ਇਹਨੂੰ ਤੁਸੀਂ ਚਪਾਤੇ ਨਾਲ ਜ਼ਰੂਰ ਟਰਾਈ ਕਰਨਾ ਅਗਰ ਮੇਰੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋ ਲਾਈਕ ਕਰੋ ਸ਼ੇਅਰ ਕਰੋ ਫੈਮਿਲੀ ਵਾਲਾ ਦੋਸਤਾਂ ਨਾਲ ਅਤੇ ਭੈਣਾਂ ਭਰਾਵਾਂ ਜਿਹੜਾ ਮੇਰਾ ਭੈਣ ਭਰਾ ਮੇਰੇ ਚੈਨਲ 'ਤੇ ਨਵਾਂ ਹੈ ਮੇਰਾ ਚੈਨਲ ਸਬਸਕ੍ਰਾਈਬ ਕਰੇ ਪਹਿਲਾਂ ਕਹਿੰਦਾ ਬਟਨ ਲਾਜ਼ਮੀ ਪ੍ਰੈਸ ਕਰਨਾ ਤਾਂ ਕਿ ਮੇਰੀ ਲੇਟੈਸਟ ਲੇਟੈਸਟ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੀਕਰ ਪਹੁੰਚਦਾ ਰਹੇ ਔਰ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਆ ਤਾਂ ਬਹੁਤ ਸ਼ੁਕਰੀਆ ਕਾਕਿਆਂ ਦੀ ਇਜਾਜ਼ਤ ਇਨਸ਼ਾਅੱਲਾ ਅਗਲੀ ਵੀਡੀਓ ਜਲਦ ਮਿਲਾਂਗੇ ਅੱਲਾ ਹਾਫਿਜ਼